पिंडो जमीन बेच के 3 किले जमीन बेच के सानू 3 महीने हो कोठी लई नूं हजे असीं बूटे भी नहीं लाया देख लो तुसीं आप निगाह मार लो मिस्त्री साडे हजे लगे पए है ते साडे गरीबां दे आगे चढ़ी जांदे आ ठीक है इत्थे गुरप्रीत कांगड़ दी पई है ओह तोड़ के आउणा आ पईआ गुरप्रीत कांगड़ दी ते ओह तोड़न जाके सर यही गल कहना चाहुंदे आ जी असीं पुड्डा दे नाल है इस करके नाल है जे तो सारे सारयां दी इकसार कीती जांदी शुरू तों लैके एंड तक सत श्रीकाल जी तुसी देख रहे हो अजीत टीवी ते मैं नायब सिंह सिद्धू अज पुड्डा विभाग वालों मॉडल टाउन फेस वन जिहड़े नजायज़ कब्जे हुए सी घरां दे बाहर जिहड़े नजायज़ कब्जे किए गए सी उन्हां नूं हटाउण दे जिहड़ा मुहिम शुरू की गई सी ते इस नूं लै के लोकां ने काफ़ी पुड्डा का विरोध किया क्योंकि उन्होंने कहा कि ये पक्षपात किया जा रहा है जां तां सारयां नाल इको वर्तारा किया जाए ज़्यादा सारयां दे जिहड़े कब्जे नजायज़ कब्जे होए हैगे इन्हां नूं ढाया जाए तो जां फिर सारयां दे छड्डे जाण क्योंकि जिहड़े कोई सियासी रसूख वाले हैं कोई अपनी सियासी पहुँच वाले हैं उन्हां नूं तां छड्डा जा रहा है तो आम लोगों के जिहड़े नजायज़ कब्जे सी जां बाउंडरियां कीतियां सी उन्हां नूं ढाया जा रहा है इस नूं लै के लोगों ने काफ़ी विरोध किया जे सी बी दे मूहरे भी होए तो पर जब इस संबंधी अपने पुड्डा विभाग के अधिकारियों नाल गलबात की तो उन्होंने कैमरे मूहरे आने मना कर दिता और कहा कि साढ़े बड़े अधिकारी इस ते जानकारी देंगे तो इस लैके जब आम लोगों नाल गलबात की गई तो उन्होंने विरोध जताया कि इतने जिहड़े सियासी रसूख वाले लोग हैगे उन्होंने भी कोठियां गई उन्होंने कोठियां मूहरे भी जिहड़े बागल मारे गए ग्रिलां लगाईआं गईआं उन्होंने तो पट्टिया नहीं गया पर जिहड़े आम लोग है गरीब लोग है उन्हां दीआं ग्रिलां नूं इन्हां ने पट के सुट दिता है और पुट के भी यह नाल ही लै गए हैं इस नूं लै के काफ़ी विरोध दिखाई दिता आओ दिखाउणे आ की कहना है लोगों का पुड्डा अधिकारियों का सुखपाल सिंह जी की गल हो गई गल तो टेस्ट ड्राइव चलाउंदे ने जिहड़े इन्हां पैसे देंदे उन्हां छड्ड जांदे आ साडा हटा दिंदे ने दूजी वार हटा रहे ने ਇਹ ਗਲੀਆਂ 'ਚ ਛੱਡੇ ਨੇ ਸਾਡੇ ਗੁਆਂਢੀਆਂ ਦੇ ਛੱਡੇ ਨੇ ਹੋਰ ਕਿਤੇ ਛੱਡੇ ਨੇ ਇਹ ਤਾਂ ਇਹਨਾਂ ਨੂੰ ਪਤਾ ਜੀ ਅਫਸਰਾਂ ਨੂੰ ਪਤਾ ਅਫਸਰ ਆਪਾਂ ਦੱਸਦੇ ਨੇ ਅਸੀਂ ਕਿਉਂ ਛੱਡਿਆ ਗੋਟਾ ਇਹਨਾਂ ਕੋਲ 100 ਤਰ੍ਹਾਂ ਦੇ ਬਹਾਨੇ ਨੇ ਨਾ ਜੀ ਲਗਾਤਾਰ ਇਹਨਾਂ ਨੂੰ ਕੀ ਲੋੜ ਹੈ ਜਿਹੜਾ ਇਹਨਾਂ ਮਿਲਣ ਵਾਲਾ ਹੈ ਜਾਂ ਕੋਈ ਅਪਰੋਚ ਆ ਉਹਦੀ ਛੱਡ ਜਾਂਦੇ ਨੇ ਜਿਹੜਾ ਆਮ ਬੰਦੇ ਉਹਨਾਂ ਹਟਾ ਜਾਂਦੇ ਨੇ ਸਰ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਪੁੱਡਾ ਦੇ ਨਾਲ ਹੈ ਇਸ ਕਰਕੇ ਨਾਲ ਹੈ ਜੇ ਤੋਂ ਸਾਰੇ ਸਾਰਿਆਂ ਦੀ ਇਕਸਾਰ ਕੀਤੀ ਜਾਂਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਭ ਦੀ ਤੋੜੋ ਠੀਕ ਹੈ ਨਾ ਸਭ ਦੀਆਂ ਜਿਨ੍ਹਾਂ ਦੀਆਂ ਪਹਿਲੀ ਗੱਲ ਤਾਂ ਸਾਡੀ ਇਹਦੀ ਉਚਾਈ ਜ਼ਿਆਦਾ ਨਹੀਂ ਹੈ ਜਿਨ੍ਹਾਂ ਦੀ ਉਚਾਈ ਜ਼ਿਆਦਾ ਉਹਨਾਂ ਦੀ ਸ਼ੁਰੂਆਤ ਕਰੋ ਆ ਕੋਲੇ ਆ ਜੀਤਮੇ ਤੇਰੀ ਕੋਠੀ ਆ ਕਿਉਂ ਛੱਡ ਕੇ ਆਏ ਹੋ ਉਹ ਵਕੀਲ ਦੀ ਚੰਡੀਗੜ੍ਹ ਦੇ ਸੇਖੋਂ ਜਿਹੜਾ ਜਨਮੇਜਾ ਸਿੰਘ ਸੇਖੋਂ ਕੋਠੀ ਵੇਚ ਗਿਆ ਆ ਉਹ ਕਿਉਂ ਛੱਡ ਕੇ ਆਏ ਹੋ ਉਹ ਸਾਰੀਆਂ ਛੱਡਿਆ ਜਨਮੇਜੇ ਸੇਖੋਂ ਵਾਲੀ ਕੋਠੀ ਛੱਡਿਆ ਉਹਦੀ ਛੱਡਿਆ ਚੰਜੀ ਲਾਲ ਗਰਗ ਦੀ ਤੋੜੋ ਨਾ ਮੇਰਾ ਨਾਮ ਰਜਿੰਦਰ ਸਿੰਘ ਸਿੱਧੂ ਬਾਈ ਜੀ ਕੋਠੀ ਨੰਬਰ 20 ਫੇਸ 1 ਕੀ ਗੱਲ ਹੋ ਜੀ ਬਾਈ ਜੀ ਆ ਸਾਡੀਆਂ ਤੋੜ ਗਏ ਸਾਰੀਆਂ ਬਾਕੀ ਜਿਹੜੇ ਵੱਡੇ ਬੰਦੇ ਉਹਨਾਂ ਦੀਆਂ ਸਾਰੀਆਂ ਤਾਂ ਛੱਡੀ ਜਾਂਦੇ ਆ ਸਾਰੀਆਂ ਜੀਤਮਿੰਦਰ ਦੀ ਛੱਡਤੀ ਜੀ ਉਹ ਜਨਮੇਜੇ ਸੇਖੋਂ ਵਾਲੀ ਉਹ ਐਡਵੋਕੇਟ ਆ ਉਹਦੀ ਛੱਡਤੀ ਚੰਜੀ ਲਾਲ ਗਰਗ ਦੀ ਤੋੜ ਕੇ ਆਉਣਾ ਜਿਹੜੇ ਅਫਸਰ ਵੱਡੇ ਬੰਦੇ ਉਹਨਾਂ ਦੀਆਂ ਤਾਂ ਤੋੜਦੇ ਨਹੀਂ ਅਸੀਂ ਪਿੰਡੋਂ ਜ਼ਮੀਨ ਵੇਚ ਕੇ 3 ਕਿੱਲੇ ਜ਼ਮੀਨ ਵੇਚ ਕੇ ਸਾਨੂੰ 3 ਮਹੀਨੇ ਹੋਏ ਆ ਕੋਠੀ ਲਈ ਨੂੰ ਹਜੇ ਅਸੀਂ ਬੂਟੇ ਵੀ ਨਹੀਂ ਲਾਇਆ ਦੇਖ ਲਓ ਤੁਸੀਂ ਆਪ ਨਿਗਾਹ ਮਾਰ ਲਓ ਮਿਸਤਰੀ ਸਾਡੇ ਹਜੇ ਲੱਗੇ ਪਏ ਆ 3 ਕਿੱਲੇ ਜ਼ਮੀਨ ਵੇਚ ਕੇ ਅਸੀਂ ਇੱਥੇ ਘਰ ਲਿਆ ਕੇ ਠੀਕ ਹੈ ਤੇ ਸਾਡੇ ਗਰੀਬਾਂ ਦੇ ਅੱਗੇ ਚੜੀ ਜਾਂਦੇ ਆ ਪੱਖਪਾਤ ਕਰਦੀ ਹੈ ਜੀ ਦਿਖਾਉਣ ਨਾ ਮੈਨੂੰ ਇੱਕ ਬੰਦੇ ਦੀ ਕੋਠੀ ਵਿਆਹ ਦੀ ਜੱਸੀ ਦੀ ਤੋੜੇ ਅਸੀਂ ਠੀਕ ਹੈ ਇੱਥੇ ਗੁਰਪ੍ਰੀਤ ਕਾਂਗੜ ਦੀ ਪਈ ਹੈ ਉਹ ਤੋੜ ਕੇ ਆਉਣਾ ਆ ਪਈ ਆ ਗੁਰਪ੍ਰੀਤ ਕਾਂਗੜ ਦੀ ਉੱਥੇ ਉਹ ਤੋੜਨ ਜਾ ਕੇ ਠੀਕ ਹੈ ਆਓ ਜੀਤਮਿੰਦਰ ਦੀ ਛੱਡਿਆ ਜਨਮੇਜੇ ਸੇਖੋਂ ਵਾਲੀ ਛੱਡਿਆ ਉਹ ਤੋੜਨ ਨਾ ਜਾ ਕੇ ਆ ਚਰਨਜੀ ਲਾਲ ਗਰਗ ਦੀ ਚਲੋ ਤੋੜੋ ਅਸੀਂ ਚੱਲਦੇ ਨਾਲ ਤੋੜੋ ਨਾ ਜਾ ਕੇ ਮੇਰਾ ਨਾਮ ਡਾਕਟਰ ਸਿਮਰਜੀਤ ਕੌਰ ਹੈ ਮੈਂ ਪੰਜਾਬੀ ਯੂਨੀਵਰਸਿਟੀ ਬਠਿੰਡਾ ਵਿਖੇ ਸੀਨੀਅਰ ਅਸਿਸਟੈਂਟ ਹਾਂ ਸਰਕਾਰ ਪ੍ਰੋਪਰ ਕਾਨੂੰਨ ਬਣਾਵੇ ਪਸ਼ੂਆਂ ਦੇ ਵੜਨ ਤੋਂ ਪੌਦਿਆਂ ਦੀ ਸਾਂਭ ਸੰਭਾਲ ਵਾਸਤੇ ਗਰੀਲਾਂ ਲਗਾਈਆਂ ਜਾਂਦੀਆਂ ਹੋਰ ਅਸੀਂ ਕੋਈ ਇੱਥੇ ਕੋਈ ਅਸੀਂ ਕਬਜ਼ਾ ਕਰਨ ਵਾਸਤੇ ਨਹੀਂ ਲਾਈਆਂ ਜ਼ਮੀਨਾਂ ਵੇਚ ਕੇ ਪਿੰਡਾਂ ਤੋਂ ਆ ਕੇ ਅਸੀਂ ਬਹੁਤ ਮਿਹਨਤ ਨਾਲ ਅਸੀਂ ਇਹ ਇੱਥੇ ਆ ਕੇ ਆਪਦੀ ਵਸੋਂ ਕੀਤੀ ਹੈ ਠੀਕ ਹੈ ਜੀ ਸਰਕਾਰ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਵੇ ਸਾਰੇ ਇੱਕੋ ਜੀ ਗ੍ਰਿਲ ਹੋਵੇ ਪੌਦਿਆਂ ਨੂੰ ਬਚਾਉਣ ਵਾਸਤੇ ਪਸ਼ੂਆਂ ਦੇ ਵੜਨ ਤੋਂ ਕੋਈ ਚਾਰਾ ਕੀਤਾ ਜਾਵੇ ਅਸੀਂ ਇੰਨੇ ਪੈਸੇ ਲਾ ਕੇ ਤੇ ਮਿੰਟ 'ਚ ਢਹਿ ਢੇਰੀ ਕਰ ਦੇਣਾ ਇਹ ਕੋਈ ਕਾਰਵਾਈ ਨਹੀਂ ਹੈ ਬਿਲਕੁਲ ਪੱਖਪਾਤ ਹੋ ਰਿਹਾ ਜੀ ਵੱਡੇ ਬੰਦਿਆਂ ਦੀਆਂ ਗਰੀਲਾਂ ਛੱਡੀਆਂ ਜਾ ਰਹੀਆਂ ਕਿਉਂ ਛੱਡੀਆਂ ਜਾ ਰਹੀਆਂ ਜੀ
ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਹੋਣਾ ਚਾਹੀਦਾ। ਈਓ ਸਾਹਿਬ ਦੇ ਬਿਆਨ ਲਓ, ਈਓ ਸਾਹਿਬ ਦੇ ਬਸ ਇਹਨਾਂ ਜੀ ਦੇਖੋ, ਸਾਡੇ ਜਿਹੜੇ ਪੁੱਡਾ ਦੇ ਕੋਈ ਵੀ ਬਿਆਨ ਹੈ ਈਓ ਸਾਹਿਬ ਦੇਣਗੇ, ਸਾਡੇ ਹੋਰ ਕੋਈ ਦੇ ਨਹੀਂ ਸਕਦਾ।